ਆਪ ਵੀ ਰੇਡੀਓ ਯੂਐਸਏ ਤੋਂ ਰਹੇ ਸਾਰੇ ਹੀ ਮਾਨ ਜੋਗ ਅਤੇ ਸਤਿਕਾਰ ਸੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਸਭ ਨੂੰ ਜੀਨ ਵਾਖਤੇ ਆ ਜੀ ਸੋਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਮੈਂ ਰਾਜਕਰ ਮੀਤ ਸਿੰਘ ਫੈਜ਼ਨੋ ਸਟੂਡੀਓਸ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਜੀਨ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਸ਼ੀਕਾ ਆਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਆਂ ਅੱਜ 8 ਅਗਸਤ ਦੀ 9 ਤਰੀਕਾ ਦਿਨ ਸੋਮਵਾਰ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਆਈ ਦੇ ਸਪਾਂਸਰਜ਼ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500 ਅਮਰਜੀਤ ਸਿੰਘ ਫਰੈਜ਼ਨੋ ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਅਵਤਾਰ ਸਿੰਘ ਮੰਜਲ ਕਲੋਵਿਸ ਜ਼ੈਂਡਰ ਮਾਰਗੇਜ ਅਤੇ ਰੀਅਲ اسٹیਟ ਬਾਰੇ ਕਾ ਖਰੀਦਦਣ ਵਿੱਚ ਦੀਆਂ ਸੇਵਾਵਾਂ ਦੇ ਨਾਲ-ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਲਈ ਕਾਲ ਮੋਹਨ ਚੀਮਾ 50890525755599052575 ਟੇਕਨ ਇਮੀਗ੍ਰੇਸ਼ਨ ਲਾਫਰਮ ਇਮੀਗ੍ਰੇਸ਼ਨ ਦੇ ਅਵਿਕਸੀਵਿਟੀ ਕਿਦਕਾ ਇਮੀਗ੍ਰੇਸ਼ਨ ਦੇ ਟਰਨਿੰਗ ਜੇਟੇਕਨ ਕਾਲ 4159090503 ਵੁੱਡਲੈਂਡ ਦੇ ਵਿੱਚ i5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ 9163969085 ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਬ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ 53 ਫੁੱਟੇ ਟ੍ਰੇਲਰ ਦੇ ਉੱਤੇ ਇਸ ਮੌਕੇ ਇਹਨਾਂ ਨੂੰ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਤੇ ਲਈ ਇਹਨਾਂ ਕੋਲ ਉਪਲਬਧ ਹਨ 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਸਨੋ 5592663737 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087226698 ਦੇ ਉੱਤੇ ਜੀ ਅੱਜ ਦੀਆਂ ਖ਼ਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਯੂਐਸ ਦੇ ਜਿਹੜੇ ਡਿਫੈਂਸ ਸੈਕਟਰੀ ਆ ਉਹ ਕਹਿੰਦੇ ਆ ਕਿ ਹੁਣ ਜਿੰਨੇ ਵੀ ਯੂਐਸ ਮਿਲਟਰੀ ਦੇ ਵਿੱਚ ਲੋਕ ਹੈਗੇ ਆ ਉਹਨਾਂ ਦੇ ਲਈ ਕੋਵਿਡ ਦਾ ਵੈਕਸੀਨ ਮੰਡੇਟ ਕਰਨ ਜਾ ਰਹੇ ਆ ਆ ਕਹਿੰਦੇ ਪਈ ਇਹ ਸਤੰਬਰ 15 ਤੋਂ ਲਾਗੂ ਹੋ ਜਾਊਗਾ ਸਤੰਬਰ 15 ਤੱਕ ਸਾਰੇ ਹੀ ਜਿਹੜੇ ਲੋਕ ਡਿਪਾਰਟਮੈਂਟ ਆਫ ਡਿਫੈਂਸ ਦੇ ਲਈ ਕੰਮ ਕਰਦੇ ਆ ਉਹਨਾਂ ਨੂੰ ਜਿਹੜਾ ਵੈਕਸੀਨ ਲੁਆਣਾ ਪਊਗਾ ਜਿਹੜਾ ਫਾਈਜ਼ਰ ਦਾ ਇੱਕ ਵੈਕਸੀਨ ਹੈ ਕਹਿੰਦੇ ਵੀ ਬਹੁਤ ਜਲਦੀ ਹੀ ਇਹ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਅਪਰੂਵ ਹੋਣ ਜਾ ਰਿਹਾ ਸਤੰਬਰ ਦੇ ਪਹਿਲੇ ਹਫਤੇ 'ਚ ਸ਼ਾਇਦ ਜਿਹੜਾ ਅਪਰੂਵ ਹੋ ਜਾਏ ਉਹਦੇ ਨਾਲ ਹੋਰ ਦੁਨੀਆ ਦੇ ਵਿੱਚ ਵੀ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਹੋਰ ਵੀ ਫਿਰ ਪ੍ਰੋਡਕਸ਼ਨ ਜਿਆਦਾ ਜਿਹੜੀ ਆ ਇਹਨਾਂ ਦੀ ਹੋਊਗੀ ਸੋ ਫਾਰ 74% ਜਿਹੜੇ ਲੋਕ ਨੇਵੀ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਘੱਟੋ ਘੱਟ ਇੱਕ ਵੈਕਸੀਨ ਲਵਾ ਲਿਆ ਹੈਗਾ ਆ 에어ਫੋਰਸ ਵਾਲੇ ਜਿਹੜੇ ਆ ਉਹਨਾਂ ਨੇ ਸਿਰਫ 65% ਲੋਕ ਜਿਹੜੇ ਆ ਉਹਨਾਂ ਨੇ ਲਵਾਇਆ ਆ ਤੇ ਆਰਮੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੇ ਸਿਰਫ 50% ਲੋਕਾਂ ਨੇ ਟੀਕਾ ਲਵਾਇਆ ਆ ਜੀ ਬਿਲਕੁਲ ਇਹਨਾਂ ਨੇ ਮੰਡੇਟ ਜਿਹੜਾ ਆ ਉਹ ਹੁਣ ਕਰ ਦਿੱਤਾ ਹੈ ਵੀ 15 ਤਾਈ ਤੁਹਾਨੂੰ ਸਾਰਿਆਂ ਨੂੰ ਜਿਹੜੇ ਉਹ ਲਗਵਾਉਣੇ ਪੈਣਗੇ ਆ ਅਗਲੀ ਜਿਹੜੀ ਹਰਦਸਿੰਘ ਜੀ ਗੱਲ ਕਰਦੇ ਜਾਏ ਫਲੋਰੀਡਾ ਦੇ ਵਿੱਚ ਕਮ ਆਸਾਨ ਜਿਹੜਾ ਉਹ ਜਾ ਰਹੀ ਆ ਗਵਰਨਰ ਦਾ ਤੇ ਜਿਹੜੇ ਆ ਸਕੂਲਸ ਆ ਕਹਿ ਲਓ ਉਹਨਾਂ ਦੇ ਦਰਮਿਆਨ ਅੱਜ ਫਲੋਰੀਡਾ ਦੇ ਗਵਰਨਰ ਦੇ ਰੌਂਡ ਸੈਂਟਰਸ ਉਹਨਾਂ ਦੇ ਆਫਿਸ ਨੇ ਅੱਜ ਇਹ ਇਤਲਾਹ ਦਿੱਤੀ ਆ ਕਹਿੰਦੇ ਵੀ ਉਹ ਉਹਨਾਂ ਅਧਿਕਾਰੀਆਂ ਦੀ ਸੈਲਰੀ ਜਿਹੜੀ ਉਹ ਵਿਦਹੋਲਡ ਕਰ ਸਕਦੇ ਆ ਰੋਕ ਸਕਦੇ ਆ ਜੇ ਉਹਨਾਂ ਨੇ ਸਕੂਲ ਦੇ ਵਿੱਚ ਮਾਸਕ ਮੰਡੇਟ ਜਿਹੜੇ ਉਹ ਲਗਾਉਣ ਜਿਹੜੇ ਲੋਕ ਹੁਣ ਕੁਛ ਚਿਰ ਪਹਿਲਾਂ ਜਿਹੜੀਆਂ ਇਹ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ ਸੀ ਕਿ ਆ ਵੀ ਜੇ ਟੀਕਾ ਨਹੀਂ ਲਗਵਾਇਆ ਤੇ ਵਾਪਸ ਜਿਹੜਾ ਨੌਕਰੀ ਤੋਂ ਕਰ ਰਿਹਾ ਤੇ ਕਹਿੰਦੇ ਆ ਵੀ ਇਹ ਹੁਣ ਜੇ ਮਾਸਕ ਪਾਉਣ ਨੂੰ ਆਖਿਆ ਤਾਂ ਹੀ ਉਹਨਾਂ ਦੀ ਤਨਖਾਹ ਰੋਕਾਂਗੇ ਸੋ ਦੋਨੋਂ ਹੀ ਤਰਫੋਂ ਜਿਹੜੀ ਆ ਇਹ ਇਸ ਟਾਈਮ ਜਿਹੜੀ ਗੁੱਥਮ-ਗੁੱਥਾ ਜਿਹੜੀ ਉਹ ਚੱਲ ਰਹੀ ਹੈਗੀ ਆ ਪਿਛਲੇ ਕੁਝ ਹਫ਼ਤਿਆਂ ਤੋਂ ਫੂਡ ਰੀਡਰ ਦੇ ਵਿੱਚ ਜਿਹੜੇ ਨੰਬਰ ਆ ਉਹ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਰਹੇ ਹੈਗੇ ਆ ਤੇ ਉਸ ਨੂੰ ਲੈ ਕੇ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀਗਾ ਵੀ ਮਾਸਕ ਮੰਡੇਟਸ ਕੋਈ ਵੀ ਜਿਹੜਾ ਆ ਉਹ ਨਹੀਂ ਲਗਾ ਸਕਦਾ ਤੇ ਹੁਣ ਉਹਨਾਂ ਨੇ ਉਹਨਾਂ ਦੀ ਜਿਹੜੀ ਤਨਖਾਹ ਆ ਉਸ ਨੂੰ ਵੀ ਰੋਕਣ ਦਾ ਕਹਿ ਲੋ ਵੀ ਚੇਤਾਵਨੀ ਜਾਂ ਧਮਕੀ ਇੱਕ ਸਾਹਬ ਦੇ ਨਾਲ ਦੇ ਦਿੱਤੀ ਆ ਜੀ ਜੇ ਫੋਰ ਰੀਡਰ ਤੋਂ ਬਾਅਦ ਟੈਕਸਸ ਦੀ ਗੱਲ ਕਰਦੇ ਜਾਈਏ ਟੈਕਸਸ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੇ ਕੇਸਸ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਅੱਜ ਟੈਕਸਸ ਦੇ ਗਵਰਨਰ ਗ੍ਰੈਗ ਐਵਰਟ ਨੇ ਇਹ ਅਨਾਉਂਸ ਕਰ ਦਿੱਤਾ ਆ ਜਿਹੜੇ ਰਿਕੁਐਸਟ ਵੀ ਕੀਤਾ ਨਾਲ ਜਿਹੜੇ ਟੈਕਸਸ ਦੇ ਵਿੱਚ ਹਸਪੀਟਲਸ ਆ ਪੇ ਜਿਹੜੇ ਨੋਨ ਐਸੈਂਸ਼ੀਅਲ ਪ੍ਰੋਸੀਜਰਸ ਹੈਗੇ ਆ ਜਿਹੜਾ ਜਿਨ੍ਹਾਂ ਤੋਂ ਬਿਨਾ ਸਰ ਸਕਦਾ ਆ ਉਹ ਜਿਹੜੇ ਤੁਸੀਂ ਜਿਹੜਾ ਪ੍ਰੋਸੀਜਰ ਕਰਨ ਆ ਜਿਹੜਾ ਉਹਨਾਂ ਦਾ ਉਹ ਨੂੰ ਡਿਲੇ ਕਰ ਦਿੱਤਾ ਜਾਵੇ ਕਿਉਂਕਿ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਲੋਕਾਂ ਦੀ ਗਿਣਤੀ ਜਿਹੜੀ ਆ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ ਸੋ ਇਹ ਜਿਹੜੀਆਂ ਆ ਕਾਫੀ ਸਖਤ ਹਦਾਇਤਾਂ ਜਿਹੜੀਆਂ ਕੀਤੀਆਂ ਗਈਆਂ ਆ 2.7 ਮਿਲੀਅਨ ਕਨਫਰਮਡ ਕੇਸਸ ਯੂ ਐਸ ਐ ਚ ਹੋ ਚੁੱਕੇ ਆ ਹੁਣ ਤੱਕ 254 ਕਾਉਂਟੀਜ਼ ਦੇ ਵਿੱਚ ਜੀ ਇਥੇ ਜਿਹੜੀ ਫ੍ਰੈਜ਼ਨਲ ਕਾਉਂਟੀ ਦੇ ਵਿੱਚ ਜਿਹੜੇ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹਨਾਂ ਨੇ ਪਹਿਲਾਂ ਅਨਾਉਂਸ ਜਿਹੜਾ ਉਹ ਕੀਤਾ ਸੀਗਾ ਆ ਵੀ ਸ਼ਾਇਦ ਤੁਹਾਨੂੰ ਮਾਸਕ ਦੀ ਜਿਹੜੀ ਉਹ ਜਿਹੜੀ ਜ਼ਰੂਰਤ ਜਿਹੜੀ ਉਹ ਨਹੀਂ ਹੈਗੀ ਤੇ ਫਿਰ ਕਹਿੰਦੇ ਵੀ ਕਾਫੀ ਕ੍ਰਿਟਿਸਿਜ਼ਮ ਤੋਂ ਬਾਅਦ ਦੇ ਵਿੱਚ ਹੁਣ ਉਹ ਸਟੇਟ ਦੀਆਂ ਗਾਰਡਲਾਈਨਜ਼ ਆ ਉਸ ਨੂੰ ਜਿਹੜਾ ਉਹ ਮੰਨਣਗੇ ਕਹਿੰਦੇ ਵੀ ਜੇ ਤੁਸੀਂ ਮਾਸਕ ਦੇ ਐਗਜ਼ੈਂਪਸ਼ਨ ਚਾਹੁੰਦੇ ਆ ਤੇ ਤੁਹਾਨੂੰ ਆਪਣੇ ਡਾਕਟਰ ਦੇ ਕੋਲੋਂ ਨੋਟ ਆ ਉਹ ਲਿਖਵਾ ਕੇ ਲਿਆਉਣਾ ਪਵੇਗਾ ਉਹਨਾਂ ਨੂੰ ਹੀ ਜਿਹੜੀ ਐਗਜ਼ੈਂਪਸ਼ਨ ਆ ਉਹ ਮਿਲੇਗੀ ਚਾਹੇ ਉਹ ਵਿਦਿਆਰਥੀ ਆ ਤੇ ਚਾਹੇ ਉਹ ਕੋਈ ਉਹਨਾਂ ਦੀ ਸਟਾਫ ਦਾ ਜਿਹੜਾ ਉਹ ਮੈਂਬਰ ਹੋਵੇ ਸੋ ਇਹ ਜਿਹੜਾ ਚੌਂਸ ਪੇਰੇ ਹੁਣ ਜਿਹੜਾ ਮਾਸਕ ਨੂੰ ਲੈ ਕੇ ਵੈਕਸੀਨਸ ਨੂੰ ਲੈ ਕੇ ਜਿਹੜਾ ਆ ਉਹ ਰੌਲਾ ਰੱਪਾ ਆ ਪੂਰੀ ਤਰ੍ਹਾਂ ਓਹੋ ਬਣਿਆ ਹੈਗਾ ਐ ਸੋ ਪਹਿਲੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਕਨਫਿਊਜ਼ਨ ਵੀ ਬਹੁਤ ਸੀਗੀ ਹੈਲਥ ਅਫੀਸ਼ਰ ਕੋਸ਼ ਕਰ ਰਹੇ ਸੀਗੇ ਕਾਉਂਟੀ ਦੇ ਐਜੂਕੇਟਰਸ ਜਿਹੜੇ ਉਹ ਕੋਸ਼ ਕਰ ਰਹੇ ਸੀਗੇ ਕੁਛ ਕਿਹਾ ਰੇ ਸੀ ਵੀ ਮਾਸਕ ਹੋਣੇ ਚਾਹੀਦੇ ਆ ਕੋਈ ਕਹਿੰਦੇ ਵੀ ਨਹੀਂ ਹੋਣੇ ਚਾਹੀਦੇ ਫਿਰ ਵਿੱਚ ਵਿਚਾਲੇ ਜੇ ਰੌਲਾ ਰੱਪਾ ਇੱਥੇ ਤੱਕ ਪਹੁੰਚਿਆ ਵੀ ਹੁਣ ਇਹਨਾਂ ਨੇ ਕਿਹਾ ਵੀ ਡਾਕਟਰ ਤੋਂ ਦਿਖਵਾ ਲਓ ਤਾਂ ਫਿਰ ਜੇ ਆ ਉਹਨਾਂ ਹੀ ਹੋਵੇ ਪਰ ਓਵਰ ਆਲ ਡੈਲਟਾ ਵੇਰੀਐਂਟ ਜਿਸ ਤਰੀਕੇ ਦੇ ਨਾਲ ਪਕੜ ਕਰ ਰਿਹਾ ਹੈ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਇੱਥੇ ਕਈ ਆ ਕੇ ਰੌਲਾ ਪਈ ਜਾਂਦੇ ਆ ਵੀ ਇਹ ਤਾਂ ਜੀ ਝੂਠੀ ਗੱਲ ਆ ਹੁਣ 6 ਲੱਖ ਜਿੰਨਾਂ ਦਾ ਬੰਦਾ ਦਾ ਪਰਿਵਾਰਾਂ ਦੇ ਜੀ ਜਿਹੜੇ ਉਹ ਚਲੇ ਗਏ ਆ ਹੁਣ ਉਹਨਾਂ ਦੇ ਮੂਹਰੇ ਜਾ ਕੇ ਕਿਉਂ ਵੀ ਇਹ ਝੂਠੇ ਜਿਹੜੇ ਆ ਇਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ ਸੋ ਬਹੁਤ ਲੋਕੀ ਜਿਹੜੇ ਨਾ ਵਾਧੂ ਦਾ ਜਿਹੜਾ ਉਹ ਕੈਰੀ ਉਹ ਪਾ ਲੈਂਦੇ ਆ ਵੀ ਬਚਾ ਕਰਕੇ ਰੱਖੋ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਆਜ਼ਾਦੀ ਵੱਖਰੀ ਗੱਲ ਆ ਪਰ ਇਹ ਨਹੀਂ ਆ ਵੀ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਦੂਜਿਆਂ ਨੂੰ ਜਿਹੜਾ ਉਹ ਮਾਰੀ ਜਾਓ ਉਹ ਕਿਤੇ ਵੀ ਜਿਹੜੀ ਚੀਜ਼ ਆ ਉਹ ਸ਼ੋਭਦੀ ਨਹੀਂ ਜੀ ਅਗਲੀ ਖਬਰ ਇੱਕ ਜਿਹੜੀ ਆ ਫਲਾਈਟ ਦੇ ਸਬੰਧ ਦੇ ਵਿੱਚ ਆ ਰਹੀ ਹੈ ਕਹਿੰਦੇ ਭਈ ਸੈਕਰਮੈਂਟੋ ਤੋਂ ਸੈਂਡੀਗੋ ਨੂੰ ਜਿਹੜੀ ਫਲਾਈਟ ਜਾ ਰਹੀ ਸੀ ਜਿਹਦੇ ਵਿੱਚ ਇੱਕ ਮਦਰ ਤੇ ਇੱਕ ਉਹਦੀ ਜਿਹੜੀ ਡਾਟਰ ਸੀਗੇ ਉਹਨਾਂ ਨੇ ਨਾਲ ਦਾ ਜਿਹੜਾ ਇੱਕ ਪੈਸੇਂਜਰ ਬੈਠਾ ਆ ਉਹਦੇ ਨਾਲ ਜਿਹੜੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਵੀ ਸਾਨੂੰ ਆਇਲ ਲਾਣੀਆਂ ਸੀਟਸ ਚਾਹੀਦੀਆਂ ਆ ਨਾਲ ਕਾਫੀ ਯੈਲ ਕਰਨਾ ਉਹਨਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਉਹ ਤੋਂ ਬਾਅਦ ਜਿਹੜੀ ਫਲਾਈਟ ਅਟੈਂਡੈਂਸ ਸੀ ਉਸ ਨੇ ਜਿਹੜਾ ਆ ਉਹਨਾਂ ਨੂੰ ਕਿਹਾ ਵੀ ਥੋੜਾ ਸ਼ਾਂਤੀ ਦੇਖੋ ਪਰ ਉਹ ਉਹਨਾਂ ਦਾ ਮਾਹੌਲ ਗਰਮਾਈ ਵਾਲਾ ਰਿਹਾ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਪੁਲਿਸ ਸਦਕੇ ਜਿਹੜਾ ਕਿਕ ਆਊਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੇ ਜਿੰਨੇ ਵੀ ਪੈਸੇਂਜਰ ਹੋਰ ਉੱਥੇ ਬੈਠੇ ਸੀ ਉਹ ਕਾਫੀ ਜਿਹੜੇ ਆ ਖੁਸ਼ ਨਜ਼ਰ ਆਏ ਸੋ ਇਹ ਜਿਹੜੀਆਂ ਪਲੇਨਸ ਦੇ ਵਿੱਚ ਇਦਾਂ ਦੀਆਂ ਇਨਸੀਡੈਂਟਸ ਆ ਆਪਾਂ ਪਿਛਲੇ ਮਹੀਨੇਰ ਦੇਖੀਆਂ ਬਹੁਤ ਜ਼ਿਆਦਾ ਜਿਹੜੀਆਂ ਆ ਵੱਧ ਗਈਆਂ ਹੈਗੀਆਂ ਹੂੰ ਜੀ ਬਿਲਕੁਲ ਲੋਕ ਜ਼ਿਆਦਾ ਹੀ ਜਿਹੜਾ ਗੁੱਸੇ ਦੇ ਵਿੱਚ ਜਿਹੜੇ ਉਹ ਤੁਰੇ ਫਿਰਦੇ ਨੇ ਭਾਈ ਫਾਇਦਾ ਉਸ ਚੀਜ਼ ਦਾ ਕੁਝ ਨਹੀਂ ਹੈਗਾ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕੀਤੀ ਹੈ ਜਿਹੜੀ ਆਪਾਂ ਸਵੇਰੇ ਦੱਸਿਆ ਸੀਗਾ ਵੀ ਡੈਮੋਕ੍ਰੇਟਸ ਨੇ 3.5 ਟ੍ਰਿਲੀਅਨ ਡਾਲਰ ਦਾ ਜਿਹੜਾ ਬਜਟ ਰੈਜ਼ੋਲੂਸ਼ਨ ਪਾਸ ਕੀਤਾ ਹੈ ਉਸ ਦੇ ਵਿੱਚ ਇਹਨਾਂ ਨੇ ਪਾਥਵੇ ਟੂ ਸਿਟੀਜ਼ਨਸ਼ਿਪ ਦਾ ਵੀ ਜਿਹੜਾ ਉਹ ਥਾਂ ਰੱਖੀ ਆ ਤੇ ਗ੍ਰੀਨ ਕਾਰਡ ਜਿਹੜੇ ਮਿਲੀਅਨਸ ਆਫ ਲੋਕ ਆ ਉਹਨਾਂ ਦੇ ਲਈ ਵੀ ਇਹ ਜਿਹੜਾ ਬਿੱਲ ਜਿਸ ਦੀ ਅੱਜ ਜਿਹੜਾ ਟੈਕਸਟ ਹੈ ਜੋ ਉਸ ਦੇ ਵਿੱਚ ਲਿਖਿਆ ਹੈ ਉਹ ਅੱਜ ਇਹਨਾਂ ਨੇ ਅਨਵੀਲ ਕੀਤਾ ਸੀ ਪਰਦਾ ਉਸ ਤੋਂ ਚੱਕਿਆ ਸੀ 107 ਜਿਹੜੇ ਬਿਲੀਅਨ ਡਾਲਰ ਆ ਉਸ ਦੇ ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਨੂੰ ਜਿਹੜੇ ਦਿੱਤੇ ਜਾਣਗੇ ਜਿਹੜੇ ਕਿ ਲਾ ਮੇਕਰਸ ਜਿਹੜੇ ਉਹ ਸਪੈਂਡ ਕਰਨ ਉਹ ਜਿਹੜਾ ਉਹਨਾਂ ਨੂੰ ਮਿਲਣਗੇ 15 ਸਪਟੰਬਰ ਜਿਹੜੀ ਇਸ ਦੀ ਜਿਹੜੀ ਉਹ ਡੈਡਲਾਈਨ ਰੱਖੀ ਗਈ ਹੈਗੀ ਆ ਸੋ ਹਾਊਸ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਦੇ ਵਿੱਚ ਇਕੱਲੇ ਡਰੀਮਰਸ ਨੂੰ ਜਿਹੜਿਆ ਪੱਕਾ ਕਰਨ ਦਾ ਰਾਹ ਨਹੀਂ ਹੋਰ ਵੀ ਬਹੁਤ ਸਾਰੇ ਜਿਸ ਦੇ ਵਿੱਚ 10 ਮਿਲੀਅਨ ਲੋਕ ਜਿਹੜੇ ਉਹ ਕਹਿੰਦੇ ਵੀ ਹੈਗੇ ਨੇ ਉਹਨਾਂ ਨੂੰ एलिਜੀਬਲ ਜਿਹੜਾ ਉਹ ਕਰ ਰਹੇ ਆ ਵੀ ਤੁਹਾਨੂੰ ਵੀ ਜਿਹੜਾ ਸਿਟੀਜ਼ਨਸ਼ਿਪ ਦੀ ਪੌੜੀ ਦੇ ਉੱਤੇ ਜਿਹੜਾ ਉਹ ਚੜਾਇਆ ਜਾਵੇਗਾ ਵੀ ਕਿਤੇ ਨਾ ਕਿਤੇ ਜਿਹੜਾ ਇਸਤੇ ਵੱਲ ਨੂੰ ਜਿਹੜਾ ਉਹ ਵਧਿਆ ਜਾਵੇ ਸੋ ਆ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਕਈ ਮਹੀਨੇ ਪਹਿਲਾਂ ਇਸ ਦੀ ਚਰਚਾ ਜਿਹੜੀ ਉਹ ਸ਼ੁਰੂ ਹੋਈ ਸੀ ਵੀ ਜਿਹੜਾ ਫਾਰਮ ਨੂੰ ਲੈ ਕੇ ਜਿਹੜਾ ਉਹ ਬਿੱਲ ਆ ਸੋ ਇਹ 3.5 ਟ੍ਰਿਲੀਅਨ ਡਾਲਰ ਦੇ ਜਿਹੜਾ ਪੈਕੇਜ ਦੇ ਵਿੱਚ ਇਸ ਦਾ ਜ਼ਿਕਰ ਜਿਹੜਾ ਆ ਉਹ ਹੁਣ ਨਜ਼ਰ ਆ ਰਿਹਾ ਹੈਗਾ ਆ ਅ ਡੈਮੋਕ੍ਰੇਟਸ ਜੇ ਇਸ ਬਿਲ ਨੂੰ ਪਾਸ ਕਰਨਾ ਚਾਹੁੰਦੇ ਨੇ ਬਗੈਰ ਜੀਓਪੀ ਦੀ ਸਪੋਰਟ ਤੋਂ ਤਾਂ ਇਹਨਾਂ ਨੂੰ ਰੀਕੰਸਿਲੀਏਸ਼ਨ ਦਾ ਇੱਕ ਜਿਹੜਾ ਪ੍ਰੋਸੈਸ ਹੁੰਦਾ ਆ ਉਸ ਦੀ ਵਰਤੋਂ ਜਿਹੜੀ ਉਹ ਕਰਨੀ ਪੈਣੀ ਆ ਪਰ ਉਸ ਤੇ ਬਾਵਜੂਦ ਇਹਨਾਂ ਨੂੰ 50 ਦੀਆਂ 50 ਜਿਹੜੀਆਂ ਵੋਟਾਂ ਆ ਉਹ ਆਪਣੇ ਡੈਮੋਕ੍ਰੇਟਸ ਦੀਆਂ ਜਿਹੜੀਆਂ ਉਹ ਚਾਹੀਦੀਆਂ ਹੋਣਗੀਆਂ ਵੱਡੀ ਇਹਨਾਂ ਦੇ ਲਈ ਚੁਣੌਤੀ ਜਿਹੜੀ ਹਰੀਜ਼ਨ ਦੀ ਕ੍ਰਿਸਟਨ ਸਿਨੇਮਾ ਤੇ ਜਿਹੜੇ ਜਿਹੜੇ ਵੈਸਟ ਵਰਜੀਨੀਆ ਤੋਂ ਹੈਗੇ ਨੇ ਜੋ ਮੈਂਸ਼ਨ ਉਹ ਜਿਹੜੇ ਉਹ ਰਹਿ ਸਕਦੇ ਨੇ ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਇਹਨਾਂ ਦੀ ਆਪਸੀ ਸਹਿਮਤੀ ਜਿਹੜੀ ਆ ਉਹ ਕਿੰਨੀ ਕੁ ਜਿਹੜੀ ਉਹ ਬਣਦੀ ਆ ਪਰ ਉਧਰ ਇਨਫਰਾਸਟ੍ਰਕਚਰ ਵਾਲਾ ਜਿਹੜਾ ਦੂਸਰਾ ਬਿਲ ਜਿਹੜਾ 1 ਟ੍ਰਿਲੀਅਨ ਡਾਲਰ ਹੈ ਜਿਹੜਾ ਬਾਈਪਾਰਟੀਆਂ ਨਾਲ ਦੋਨਾਂ ਪਾਰਟੀਆਂ ਦੇ ਸਮਝੌਤੇ ਦੇ ਨਾਲ ਜਿਹੜਾ ਉਹ ਅੱਗੇ ਵੱਧ ਰਿਹਾ ਆ ਔਰ ਮੇਬੀ ਜਿਹੜਾ ਆ ਇਸ ਵੀਕ ਦੇ ਵਿੱਚ ਉਸ ਦੇ ਉੱਤੇ ਅਫੀਸ਼ੀਅਲ ਅਧਿਕਾਰਤ ਵੋਟ ਜਿਹੜੀ ਹੈ ਸੈਨੇਟ ਦੇ ਵਿੱਚ ਕਰਵਾਈ ਜਾ ਸਕਦੀ ਆ ਜੀ ਅਗਲੀ ਖਬਰ ਕਹਿੰਦੇ ਭੀ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਨਵਾਂ ਲਾ ਅ ਪਿਛੇ ਜੇ ਲੋਕਾਂ ਨੇ ਪਾਸ ਕੀਤਾ ਸੀ ਸੰਨ 2018 ਦੇ ਵਿੱਚ ਜਿਹਦੇ ਮੁਤਾਬਕ ਐਨੀਵਲ ਐਨੀਮਲ ਵੈਲਫੇਅਰ ਲਾ ਕਰਕੇ ਜਾਣਿਆ ਜਾਂਦਾ ਆ ਭੀ ਜਿਹੜੇ ਸੂਰ ਆ ਪਿਗਜ਼ਾ ਜਾਂ ਚਿਕਨ ਆ ਉਹਨਾਂ ਦੇ ਲਈ ਜਿਹੜੀ ਆ ਜਗਾ ਕਿੰਨੀ ਹੋਣੀ ਚਾਹੀਦੀ ਹੈਗੀ ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਆ ਸੋ ਰਾਈਟ ਨਾਓ ਕਹਿੰਦੇ ਸਿਰਫ 4% ਜਿਹੜੇ ਹੌਗ ਆਪਰੇਸ਼ਨਸ ਆ ਉਹ ਇਹਨੂੰ ਕੰਪਲਾਈ ਕਰਦੇ ਆ ਕੰਪਲਾਈ ਕਰਦੇ ਉਹਦੇ ਨਾਲ ਪਰ ਕਹਿੰਦੇ ਵੀ ਇਹ ਬਹੁਤ ਔਖਾ ਆ ਇਹਦੇ ਨਾਲ ਕੀ ਹੋਊਗਾ ਕਿ ਸਾਰੇ ਦਾ ਸਾਰਾ ਜਿਹੜਾ ਇਹ ਬਿਜ਼ਨਸ ਆ ਕੈਲੀਫੋਰਨੀਆ ਤੋਂ ਹੋਰ ਸਟੇਟਾਂ ਨੂੰ ਚਲੇ ਜਾਊਗਾ ਕਹਿੰਦੇ ਵੀ ਉਹਦੇ ਨਾਲ ਕੰਪਲਾਈ ਕਰਨਾ ਜਿਹੜਾ ਆ ਬਹੁਤ ਹਾਰਡ ਹੈਗਾ ਆ ਤੇ ਜੇ ਆਪਾਂ ਫਿਗਰਸ ਦੀ ਗੱਲ ਕਰਦੇ ਜਾਈਏ ਕਹਿੰਦੇ ਵੀ ਕੈਲੀਫੋਰਨੀਆ ਦੇ ਰੈਸਟੋਰੈਂਟ ਤਾਂ ਜਿਹੜੇ ਗਰੋਸਰੀਜ਼ ਦੇ ਓਨਰ ਆ 255 ਮਿਲੀਅਨ ਪੌਂਡ ਜਿਹੜਾ ਪੋਰਕਾ ਸੂਰ ਦਾ ਮਾਸ ਇਹ ਮੰਥ ਦੇ ਵਿੱਚ ਯੂਜ਼ ਕਰਦੇ ਆ ਪਰ ਜਦੋਂ ਕਿ ਜਿਹੜੇ ਫਾਰਮਸ ਆ ਉਹ ਸਿਰਫ 45 ਮਿਲੀਅਨ ਪਾਉਂਡ ਜਿਹੜੇ ਆ ਪ੍ਰੋਡਿਊਸ ਕਰਦੇ ਹੈਗੇ ਆ ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈ ਕੈਲੀਫੋਰਨੀਆ ਚ ਅ ਅਗਲੇ ਸਾਲ ਆਉਣ ਜਾ ਰਹੀ ਹੈਗੀ ਆ ਇਹਦਾ ਆਲਟੀਮੇਟਲੀ ਕੀ ਹੋਊਗਾ ਵੀ ਜਿਹੜੇ ਮੀਟ ਖਾਂਦੇ ਆ ਪੋਰ ਖਾਂਦੇ ਆ ਉਹਨਾਂ ਨੂੰ ਇਹ ਬਹੁਤ ਮਹਿੰਗਾ ਮਿਲੂਗਾ ਹੂੰ ਜੀ ਅ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਚਾਹੀਏ ਅ ਵਲਮਾਰਟ ਤੋਂ ਬਾਅਦ ਦੇ ਵਿੱਚ ਟਾਰਗੇਟ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਆਪਣੇ ਜਿਹੜੇ ਕਰਮਚਾਰੀਆਂ ਦੀ ਕੰਮ ਕਰਨ ਵਾਲਿਆਂ ਦੀ ਜਿਹੜੀ ਟਿਊਸ਼ਨ ਫੀਸ ਤੇ ਟੈਕਸਟ ਬੁੱਕ ਜਿਹੜੀ ਆ ਉਹਨਾਂ ਦਾ ਖਰਚਾ ਜਿਹੜੇ ਉਹ ਚੱਕਣਗੇ 3.5 ਲੱਖ ਦੇ EMPLOYEES ਕਹਿੰਦੇ ਟਾਰਗੇਟ ਦੇ ਸਟੋਰਸ ਦੇ ਵਿੱਚ ਡਿਸਟ੍ਰਿਬਿਊਸ਼ਨ ਸੈਂਟਰਸ ਦੇ ਵਿੱਚ ਜਿਹੜੇ ਉਹ ਕੰਮ ਕਰਦੇ ਨੇ 250 ਤੋਂ ਵੱਧ ਜਿਹੜੇ ਪ੍ਰੋਗਰਾਮ ਜਿਹੜੇ ਤਕਰੀਬਨ 40 ਸਕੂਲਸ ਯੂਨੀਵਰਸਿਟੀਆਂ ਅਕਰੋਸ ਦਾ ਕੰਟਰੀ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਉਸ ਉਹ અપਨਾ ਸਕਦੇ ਆ ਉਸ ਦੀ ਪੜਾਈ ਜਿਹੜੀ ਉਹ ਕਰ ਸਕਦੇ ਤੇ ਉਹਨਾਂ ਨੂੰ ਇੱਕ ਸਿੰਗਲ ਡਾਲਰ ਵੀ ਜਿਹੜਾ ਉਹ ਨਹੀਂ ਦੇਣਾ ਪਊਗਾ ਬੀਤੇ ਇਹ ਦਿਨਾਂ ਦੇ ਵਿੱਚ ਜਿਹੜਾ ਆ ਇਹ ਹੁਣ ਨਵਾਂ ਚੱਲਣ ਚੱਲਿਆ ਆ ਵੀ ਆਪਣੇ ਜਿਹੜੇ EMPLOYEES ਆ ਉਹ ਉੱਥੇ ਉਹ ਕੰਮ ਕਰਦੇ ਰਹਿਣ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਇਨਸੈਂਟਿਵ ਦੇ ਵਜੋਂ ਜਿਹੜਾ ਉਹ ਰੱਖਿਆ ਆ ਜਾਰੀਆ ਹੈਗਾ ਕਹਿੰਦੇ ਵੀ ਬਹੁਤੇ ਜਿਹੜੇ ਕੰਮ ਕਰਨ ਵਾਲੇ ਆ ਉੱਥੇ ਆਵਰਲੀ ਜਿਹੜੇ ਵੇਜਸ ਦੇ ਉੱਤੇ ਜਿਹੜੇ ਉਹ ਹੁੰਦੇ ਨੇ ਸੋ ਇਹ ਇਹਨਾਂ ਨੇ ਜਿਹੜਾ ਹੁਣ ਕਿਹਾ ਕਹਿੰਦੇ ਵੀ ਇੱਥੋਂ ਤੱਕ ਕੇ ਟਾਰਗੇਟ ਨੇ ਵੀ ਕਿਹਾ ਵੀ 10000 ਡਾਲਰ ਪ੍ਰਤੀ ਸਾਲ ਮਾਸਟਰ ਪ੍ਰੋਗਰਾਮ ਦੇ ਲਈ ਜਿਹੜੇ ਉਹਨਾਂ ਦੇ ਨੈਟਵਰਕ ਆਫ ਸਕੂਲਸ ਦੇ ਵਿੱਚ ਅਵੇਲੇਬਲ ਆ ਉਹਦੇ ਵਿੱਚੋਂ ਜਿਹੜੇ ਆ ਉਹ ਉੱਥੋਂ ਤੱਕ ਵੀ ਜਿਹੜੇ ਉਹ ਦੇਣਗੇ ਐਸੋਸੀਏਟ ਤੇ ਗ੍ਰੈਜੂਏਟ ਅੰਡਰਗ੍ਰੈਜੂਏਟ ਡਿਗਰੀਜ਼ ਜਿਹੜੀਆਂ ਆ ਉਨਾ ਨੂੰ ਜਿਹੜਾ ਇਸ ਦੇ ਵਿੱਚ ਮੌਕਾ ਜਿਹੜਾ ਉਹ ਮਿਲੂਗਾ ਸੋ ਬੀਤੇ ਦਿਨਾਂ ਤੋਂ ਆਪਾਂ ਦੇਖ ਰਹੇ ਆਂ ਵੀ ਇਹ ਬੜੇ ਚਿਰ ਤੋਂ ਹੁਣ EMPLOYEES ਦੀ ਜਿਹੜੀ ਉਹ ਇਹ ਮੰਗ ਸੀਗੀ ਵੀ ਸਾਡੇ ਕੰਮ ਕਰਨ ਵਾਲੇ ਜਿਹੜੀ ਸਥਿਤੀ ਉਸ ਦੇ ਵਿੱਚ ਸੁਧਾਰੀ ਆ ਕੁਛ ਨਾ ਕੁਛ ਜਿਹੜਾ ਮਿਨਿਮਮ ਵੇਜ ਦੇ ਵਿੱਚ ਵਾਧਾ ਜਿਹੜਾ ਹੋਵੇ ਕਿੰਨੀਆਂ ਖਬਰਾਂ ਆਪਾਂ ਜਿਹੜੀਆਂ ਕੀਤੀਆਂ ਵੀ ਇੱਕ ਥਾਂ ਦੇ ਉੱਤੇ ਕੰਮ ਕਰਨ ਵਾਲੇ ਸਾਰੇ ਦੇ ਸਾਰੇ ਇਕੱਠੇ ਹੀ ਜਿਹੜਾ ਉਹ ਕੁਵਿਟ ਕਰਕੇ ਜਿਹੜੇ ਉਹ ਚਲੇ ਜਾਂਦੇ ਸੀਗੇ ਸੋ ਵਾਲਮਾਰਟ ਤੋਂ ਬਾਅਦ ਦੇ ਵਿੱਚ ਹੁਣ ਟਾਰਗੇਟ ਨੇ ਵੀ ਇਹ ਅਨਾਉਂਸ ਜੋ ਜਿਹੜਾ ਉਹ ਕਰ ਦਿੱਤਾ ਇਸ ਦੇ ਨਾਲ ਕਾਫੀ ਮੇ ਵੀ ਜਿਹੜੇ ਨੌਜਵਾਨ ਖਾਸ ਕਰਕੇ ਜਿਹੜੇ ਹਾਈ ਸਕੂਲ ਤੋਂ ਬਾਅਦ ਆ ਜਾਂ ਜਿਹੜੇ ਹੁਣ ਹੋਰ ਡਿਗਰੀ ਜਿਹੜੀ ਉਹ ਕਰਨਾ ਚਾਹੁੰਦੇ ਹੋਣਗੇ ਉਹ ਇਸ ਚੀਜ਼ ਦੇ ਵੱਲ ਜਰੂਰ ਆਕਰਸ਼ਿਤ ਜਿਹੜੇ ਉਹ ਹੋ ਸਕਦੇ ਨੇ ਸੋ ਹੁਣ ਦੇਖਦੇ ਆਂ ਵੀ ਇਹ ਚਲਨ ਜਿਹੜਾ ਆ ਉਹ ਹੋਰ ਕਿਹੜੀਆਂ ਕੰਪਨੀਆਂ ਜਿਹੜੀਆਂ ਇਸ ਨੂੰ ਅਪਣਾਉਂਦੀਆਂ ਨੇ ਜੀ ਅਗਲੀ ਖਬਰ ਵੱਲ ਚਲੀਏ ਜਿਹੜੇ ਨੇਚਰਲ ਡਿਜ਼ਾਸਟਰਸ ਆਉਂਦੇ ਆ ਉਹਨਾਂ ਦੇ ਨਾਂ ਕਿਸ ਤਰ੍ਹਾਂ ਲਏ ਜਾਂਦੇ ਚਾਹੇ ਉਹ ਹਰੀਕੇਨ ਆ ਫਲੱਡ ਫਾਇਰਸ ਆ ਤੇ ਕਹਿੰਦੇ ਭਈ ਇਹ ਵੱਖ-ਵੱਖ ਜਿਹੜੇ ਤਰੀਕੇ ਆ ਉਹਦੇ ਲਈ ਵਰਤੇ ਜਾਂਦੇ ਆ ਇਸੇ ਤਰ੍ਹਾਂ ਜਿਸ ਤਰ੍ਹਾਂ ਬਿਮਾਰੀਆਂ ਉਹ ਮੇਨਲੀ ਜਿੱਥੋਂ ਫੈਲਦੀ ਆ ਡਿਸੀਜ਼ ਉਸ ਜਗ੍ਹਾ ਦੇ ਨਾਮ ਨਾਲ ਜਿਹੜਾ ਆ ਉਹਨੂੰ ਨਾਮ ਦਿੱਤਾ ਜਾਂਦਾ ਪਰ ਹੁਣ ਇਹ ਚੇਂਜ ਹੋ ਗਿਆ ਕਿਉਂਕਿ ਅ ਪਿਛਲੀ ਵਾਰੀ ਜਿਹੜੀ ਕਰੋਨਾ ਵਾਇਰਸ ਚਾਈਨਾ ਤੋਂ ਫੈਲੀ ਸੀ ਉਸ ਨੂੰ ਫਿਰ ਜਿਹੜਾ ਉਸ ਨੂੰ ਲੈ ਕੇ ਜਿਹੜੇ ਗਾਹਾਂ ਹੁਣ ਵੈਰੀਐਂਟ ਹੋ ਰਹੇ ਆ ਉਹਨਾਂ ਦੇ ਨਾਮ ਉਸ ਮੁਲਕ ਤੋਂ ਜਾਂ ਉਹ ਜਗ੍ਹਾ ਤੋਂ ਜਿੱਥੇ ਉਹ ਓਰਿਜਿਨੇਟ ਹੁੰਦੇ ਆ ਉਹ ਨਹੀਂ ਦੱਸੇ ਜਾਂਦੇ ਹੁਣ α ਡੈਲਟਾ ਇਦਾਂ ਦੇ ਰੱਖੇ ਗਏ ਹੈਗੇ ਆ ਕੈਲੀਫੋਰਨੀਆ ਜਿਹੜਾ ਸੈਕੰਡ ਲਾਰਜੈਸਟ ਵਾਈਲਡਫਾਇਰ ਇਨ ਦਾ ਹਿਸਟਰੀ ਜਿਹੜੀ ਡੈਕਸੀ ਫਾਇਰ ਆ ਇਹ ਇੱਕ ਰੋਡ ਦੇ ਨਾਮ ਤੋਂ ਇਹਦਾ ਨਾਮ ਰੱਖਿਆ ਗਿਆ ਸੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪੋਟ ਕੈਲਿਫਾਇਰ ਵਾਲੇ ਇਹ ਕਹਿੰਦੇ ਆ ਕਿ ਮੇਨਲੀ ਜਿੱਥੇ ਕਿਤੇ ਅੱਗ ਲੱਗਦੀ ਆ ਉਹਦੀ ਜੀਓਗ੍ਰਾਫਿਕ ਲੋਕੇਸ਼ਨ ਦੇ ਹਿਸਾਬ ਨਾਲ ਜਾਂ ਉਹਦੇ ਲਾਗੇ ਦਾ ਕੋਈ ਬਹੁਤ ਵੱਡਾ ਲੈਂਡਮਾਰਕ ਹੈਗਾ ਕੋਈ ਰੋਡ ਹੈਗੀ ਲੇਕ ਆ ਰਿਵਰ ਆ ਮਾਊਂਟੇਨ ਆ ਉਹਦੇ ਨਾਮ ਦੇ ਉੱਤੇ ਜਿਹੜੀਆਂ ਫਾਇਰ ਆ ਉਹ ਰੱਖੀਆਂ ਜਾਂਦੀਆਂ ਆ ਤੇ ਜੇ ਆਰਮ ਸਟਰੀਟ ਦੇ ਉੱਤੇ ਕਹਿੰਦੇ ਜਦੋਂ ਫਾਇਰ ਹੋਵੇ ਮੰਨ ਲਓ ਵੀ ਮੇਨ ਸਟਰੀਟ ਤੇ ਕਿਸੇ ਘਰ ਨੂੰ ਅੱਗ ਲੱਗੀ ਆ 911 ਕਾਲ ਜਾਂਦੀ ਆ ਤਾਂ ਉਹ ਉਹਦਾ ਨਾਮ ਮੇਨ ਫਾਇਰ ਕਰਕੇ ਰੱਖ ਦਿੰਦੇ ਹੈਗੇ ਆ ਸੋ ਇਸ ਤਰ੍ਹਾਂ ਜਿਹੜੇ ਨਾਮ ਆ ਵੱਖ-ਵੱਖ ਜਿਹੜੀਆਂ ਫਾਇਰਸ ਆ ਉਹਨਾਂ ਦੇ ਰੱਖੇ ਜਾਂਦੇ ਆ ਜੀ ਅਸ਼ਵੇਰੀਆਪਰ ਜੋ ਸਿੰਘ ਜੀ ਜ਼ਿਕਰ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਕੈਲੀਫੋਰਨੀਆ ਦੀ ਈਡੀਡੀ ਆ ਉਹ ਹੁਣ ਜੁਲਾਈ ਤੋਂ ਇਹ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਕਲੇਮ ਕਰ ਰਹੇ ਉਹਨਾਂ ਨੂੰ ਇਹ ਪੱਕਿਆ ਕਰ ਰਹੀ ਆ ਇਹ ਮੰਗ ਕਰ ਰਹੀ ਆ ਵੀ ਤੁਸੀਂ ਘੱਟੋ ਘੱਟ ਜਿਹੜੀਆਂ ਜੌਬ ਸਰਚ ਆ ਉਹ ਕਿਤੀਆਂ ਹੋਣੀਆਂ ਚਾਹੀਦੀਆਂ ਆ ਪਰ ਹੁਣ ਉਹਨਾਂ ਨੇ ਉਹਦੇ ਵਿੱਚ ਵੀ ਜਿਹੜੀ ਥੋੜੀ ਫਲੈਕਸੀਬਿਲਟੀ ਆ ਢਿੱਲ ਜਿਹੜੀ ਉਸ ਦੇ ਵਿੱਚ ਕਈਆਂ ਚੀਜ਼ਾਂ ਦੇ ਲਈ ਜਿਹੜੀ ਉਹ ਦਿੱਤੀ ਆ ਕਹਿੰਦੇ ਵੀ ਜਿਹੜੀਆਂ ਗੁੱਡ ਕੌਜ਼ ਪ੍ਰੋਵੀਜ਼ਨਸ ਜਿਹੜੀਆਂ ਹੋਣਗੀਆਂ ਉਸ ਦੇ ਲਈ ਇਹਨਾਂ ਨੇ ਥੋੜੀ ਇਸ ਦੇ ਵਿੱਚ ਢਿੱਲ ਜਿਹੜੀ ਉਹ ਆ ਰੱਖੀ ਹੈਗੀ ਆ ਸੋ ਅਨਇਮਪਲॉयਮੈਂਟ ਜਿਹੜੀ ਅਸਿਸਟੈਂਸ ਜਿਹੜੇ ਕਲੇਮ ਕਰ ਰਹੇ ਆ ਉਹਨਾਂ ਦੇ ਵਿੱਚੋਂ ਅਜੇ ਵੀ ਕੁਝ ਅਜੇ ਹੀ ਰਹਿਣਗੇ ਜਿੱਦਾਂ ਵਿੱਚ ਜੇ ਕਹਿੰਦੇ ਵੀ ਨਿਆਣੇ ਦੀ ਤੁਸੀਂ ਨਾਲ ਦੇ ਨਾਲ ਆਪਣੇ ਜਿਹੜੇ ਟੇਕ ਕੇਅਰ ਕਰ ਰਹੇ ਹੋਵੋਗੇ ਸੋ ਇਦਾਂ ਦੀਆਂ ਕਈ ਉਦਾਹਰਣਾਂ ਜਿਹੜੀਆਂ ਉਹਨਾਂ ਨੇ ਹੁਣ ਉੱਥੇ ਰੱਖੀਆਂ ਹੈਗੀਆਂ ਭਾਈ ਜਿਨ੍ਹਾਂ ਜਿੰਨੇ ਦੇ ਵੀ ਅਨਇਮਪਲॉयਮੈਂਟ ਜਿਹੜੇ ਅਪਲਾਈ ਕਰ ਰਹੇ ਨੇ ਜਾਂ ਦੇਖ ਰਹੇ ਆ ਅ ਵੈਸੇ ਤਾਂ ਜੇ ਠੀਕ ਉਹ ਵਧੀਆ ਆ ਸਾਰਾ ਕੁਝ ਠੀਕ ਆ ਜੌਬਸ ਤਾਂ ਹੁਣ 10 ਮਿਲੀਅਨ ਜੌਬਸ ਜਿਹੜੀਆਂ ਆ ਉਹ ਅਸ ਟਾਈਮ ਲਗੀਆਂ ਹੋਈਆਂ ਵੀ ਭਾਈ ਜੌਬ ਜੜੀ ਉਹ ਹੋ ਲੱਭੋ ਜੇ ਨਹੀਂ ਜਿਹੜਾ ਉਹ ਤੁਹਾਡੇ ਕੋਈ ਅਜਿਹੀ ਪੱਕੀ ਕੋਈ ਸਮੱਸਿਆ ਹੈਗੀ ਵੀ ਨਹੀਂ ਜਾਇਆ ਜਾ ਸਕਦਾ ਫੇਰ ਹੀ ਜਿਹੜਾ ਇਸ ਚੀਜ਼ ਦਾ ਫਾਇਦਾ ਲਿਓ ਇਹ ਨਾ ਹੋਵੇ ਵੀ ਆਪਾਂ ਦੁਰਉਪਯੋਗ ਜਿਹੜਾ ਇਸ ਦਾ ਉਹ ਕਰਨਾ ਜਿਹੜਾ ਉਹ ਸ਼ੁਰੂ ਕਰ ਦਈਏ ਇਕੱਲੀ ਆਪਣੀ ਨਹੀਂ ਇਹ ਸਾਰਿਆਂ ਲਈ ਇਹ ਚੀਜ਼ ਜਿਹੜੀ ਇਹ ਲਾਗੂ ਹੁੰਦੀ ਆ ਕਿਉਂਕਿ ਆਪਾਂ ਦੇਖਿਆ ਵੀ ਇਸ ਦੇ ਦੌਰਾਨ ਬਹੁਤ ਭੈੜਾ ਜਿਹੜਾ ਆ ਇਸ ਦਾ ਦੁਰਵਰਤੋਂ ਜਿਹੜੀ ਉਹ ਹੋਈ ਆ ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ ਰਿਕੁਆਇਰਮੈਂਟ ਵੀ ਕਿੰਨੀ ਆ ਇਹਨਾਂ ਨੇ ਕੀਤੀ ਹੈ ਆਈਡੀਡੀ ਨੇ ਪਰ ਨਾਲ ਹੀ ਇੱਕ ਜਿਹੜਾ ਰਾਹ ਵੀ ਜਿਹੜਾ ਉਹ ਖੋਲ ਦਿੰਦਾ ਹੈ ਜੀ ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਸੈਨੋਜ਼ੇ ਸਿਟੀ ਕਾਉਂਸਲ ਜਿਹੜੀ ਆ ਉਹ ਇਹ ਸੋਚ ਰਹੀ ਹੈ ਵੀ ਜਿਹੜੀ ਮਿਨੀਮਮ ਪਾਰਕਿੰਗ ਰਿਕੁਆਇਰਮੈਂਟ ਆ ਜਿਹੜੀਆਂ ਨਵੀਆਂ ਡਿਵੈਲਪਮੈਂਟ ਡਿਵੈਲਪਮੈਂਟਸ ਬਣ ਰਹੀਆਂ ਆ ਉਹਨਾਂ ਦੇ ਲਈ ਉਹ ਘਟਾਣ ਜਾ ਰਹੇ ਹੈਗੇ ਆ ਕਿਉਂਕਿ ਜਿਹੜੇ ਨਵੇਂ ਸਰਵੇ ਇਹ ਆਏ ਆ ਉਹਦੇ ਵਿੱਚ ਕਹਿੰਦੇ ਪਈ ਚੌਂ ਦੇ ਵਿੱਚੋਂ ਤਿੰਨ ਜਿਹੜੇ ਕੰਪਿਊਟਰਸ ਆ ਸੈਨੋਜ਼ੇ ਨੂੰ ਆਂਦੇ ਆ ਵੱਖ-ਵੱਖ ਸ਼ਹਿਰਾਂ ਤੋਂ ਦੂਰੋਂ ਕੰਮ ਕਰਨ ਆਂਦੇ ਆ ਤੇ ਉਹਨਾਂ ਦੇ ਵਿੱਚ ਸਿਰਫ ਇੱਕ ਜਣਾ ਹੀ ਬੈਠਾ ਹੁੰਦਾ ਕਾਰ ਦੇ ਵਿੱਚ ਸੋ 75% ਸਿੰਗਲ ਡਰਾਈਵਰ ਜਿਹੜੇ ਕਾਰਾਂ ਲੈ ਕੇ ਆਉਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਆ ਵੀ ਫਿਰ ਕਾਰਾਂ پارک ਕਰਨ ਦੀ ਜਗ੍ਹਾ ਜਿਹੜੀ ਬਹੁਤ ਚਾਹੀਦੀ ਆ ਪਰ ਹੁਣ ਅਪਾਰਟਮੈਂਟਸ ਨੂੰ ਲੈ ਕੇ ਘਰਾਂ ਨੂੰ ਲੈ ਕੇ ਇੰਨੀ ਸ਼ਾਰਟੇਜ ਆ ਸੋ ਜਿਹੜੀਆਂ ਜਿਹੜੇ ਸ਼ਹਿਰ ਆ ਉਹ ਕਈ ਕਮਰਸ਼ੀਅਲ ਬਿਲਡਿੰਗਸ ਨੂੰ ਜਾਂ ਪੁਰਾਣੀਆਂ ਬਿਲਡਿੰਗਸ ਨੂੰ ਢਾ ਕੇ ਉਹਨਾਂ ਨੂੰ ਕਨਵਰਟ ਕਰਨ ਜਾ ਰਹੇ ਆ ਅਪਾਰਟਮੈਂਟਸ ਦੇ ਵਿੱਚ ਕੰਡੋਮਿਨੀਅਮਸ ਦੇ ਵਿੱਚ ਤੇ ਇੱਕ ਮੇਨ ਮੁੱਦਾ ਇਹ ਵੀ ਹੁੰਦਾ ਸੀ ਵੀ ਐਨ ਐ ਸਕੇਅਰ ਫੁੱਟ ਦੇ ਪਿੱਛੇ ਇੰਨੀਆਂ ਜ਼ਿਆਦਾ ਜਿਹੜੀਆਂ ਪਾਰਕਿੰਗ ਚਾਹੀਦੀਆਂ ਹੈਗੀਆਂ ਸੋ ਉਹ ਉਹਦੇ ਵਿੱਚ ਹੁਣ ਕੱਟ ਕਰਨ ਜਾ ਰਹੇ ਆ ਤੇ ਲੋਕਾਂ ਤੋਂ ਉਹਨਾਂ ਨੇ ਆਪਣੇ ਵਿਚਾਰ ਉਹ ਵੀ ਪੁੱਛੇ ਹੈਗੇ ਆ ਹੂੰ ਜੀ ਬਿਲਕੁਲ ਅਗਲੀ ਜਿਹੜੀ ਗੱਲ ਕਰਦੇ ਜਾਈਏ ਸੀਡੀਸੀ ਇਹ ਦਾਵਾ ਜਿਹੜੀ ਉਹ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਬ੍ਰੇਕਥਰੂ ਕੇਸਸ ਉਹ ਓਕੇ ਸਭ ਵੀ ਜਿਨ੍ਹਾਂ ਨੇ ਵੈਕਸੀਨ ਲਗਵਾਉਣ ਤੋਂ ਬਾਅਦ ਦੇ ਵਿੱਚ ਵੀ ਜੇ ਉਹ ਵਾਇਰਸ ਦੇ ਸੰਪਰਕ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਮੁੜ ਦੁਬਾਰਾ ਕੋਵਿਡ-19 ਜਿਹੜਾ ਹੋ ਜਾਂਦਾ ਹੈ ਕਹਿੰਦੇ ਵੀ ਉਸ ਦੇ ਵਿੱਚ 99.99% ਦੀ ਜਿਹੜੇ ਲੋਕ ਜਿਹੜੇ ਫੁੱਲੀ ਵੈਕਸੀਨੇਟ ਨੇ ਉਹਨਾਂ ਦਾ ਕੋਈ ਵੀ ਸਵੀਅਰ ਬ੍ਰੇਕਥਰੂ ਕੇਸ ਜਿਹੜਾ ਉਹ ਨਹੀਂ ਹੋਇਆ ਜਾਨੀ ਕਿ ਜਿਹੜਾ ਗੰਭੀਰ ਰੂਪ ਦੇ ਵਿੱਚ ਕੋਈ ਵੀ ਉਹਨਾਂ ਚੋਂ ਬਿਮਾਰ ਜਿਹੜਾ ਉਹ ਨਹੀਂ ਹੋਇਆ ਹੈਗਾ ਸੋ ਇਸੇ ਚੀਜ਼ ਦੀ ਦੁਹਾਈ ਬੜੇ ਚਿਰ ਤੋਂ ਜਿਹੜੀ ਉਹ ਪਾ ਰਹੇ ਆ ਪਰ ਕਾਫੀ ਜਿਹੜਾ ਆਪਾਂ ਦੇਖਦੇ ਆਂ ਵੀ ਮਿਸ ਇਨਫੋਰਮੇਸ਼ਨ ਨੇ ਸਾਰੀਆਂ ਚੀਜ਼ਾਂ ਦੇ ਬਾਬਤ ਜਿਹੜੀ ਉਹ ਚੱਲਦੀ ਜਿਹੜੀ ਉਹ ਆ ਆ ਰਹੀ ਹੈਗੀ ਆ ਸੋ ਡੈਲਟਾ ਵੇਰੀਐਂਟ ਦੇ ਕਰਕੇ ਇਨਫੈਕਸ਼ਨਸ ਆ ਉਸ ਦਾ ਜਿਹੜਾ ਆ ਹਰਜੋਤ ਸਿੰਘ ਜੀ ਉਹ ਪਕੜ ਜਿਹੜੀ ਉਹ ਕਰਦਾ ਜਾ ਰਿਹਾ ਆ ਤੇ ਆਲਰੇਡੀ ਇੱਕ ਨਵਾਂ ਵੇਰੀਏਟ ਜਿਸ ਨੂੰ ਲੈਂਡਾ ਵੇਰੀਏਟ ਆਖਿਆ ਜਾ ਰਿਹਾ ਆ ਉਹ ਵੀ ਹੁਣ ਇਮਰਜ ਹੋਣਾ ਜਿਹੜਾ ਉਹ ਸ਼ੁਰੂ ਹੋ ਰਿਹਾ ਆ ਸੋ ਬਚਾ ਦੇ ਵਿੱਚ ਹੀ ਭਾਈ ਬਚਾ ਹੈਗਾ ਆ ਸੋ ਜਿੰਨੀ ਦੇਰ ਤੱਕ ਇਸ ਦੇ ਉੱਤੇ ਪੂਰਨ ਤੌਰ ਦੇ ਤੇ ਕਾਬੂ ਨਹੀਂ ਆਉਂਦਾ ਧਿਆਨ ਜਿਹੜਾ ਉਹ ਜਿਆਦਾ ਆ ਰੱਖੋ ਕੰਮਕਾਰ ਆਪਣੇ ਕੰਮ ਚੱਲੋ ਬਾਕੀ ਜਿੰਨੀਆਂ ਪ੍ਰਕਾਸ਼ਨਸ ਪਹਿਲਾਂ ਲੈਂਦੇ ਰਹੇ ਆ ਉਹਦਾਂ ਦੀਆਂ ਪ੍ਰਕਾਸ਼ਨਸ ਉੱਤੇ ਮੁੜ ਦੁਬਾਰਾ ਲੱਗਦਾ ਆ ਫਿਰ ਸਾਰਿਆਂ ਨੂੰ ਆਉਣਾ ਪੈਣਾ ਆ ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ 2 ਮਹੀਨੇ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ VTA ਦੇ ਇੱਕ ਸਦਾਈ EMPLOYE ਨੇ ਆਪਣੇ ਹੀ ਨਾਲ ਦੇ ਜਿਹੜੇ 9 ਹੋਰ EMPLOYE ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਹੁਣ ਜਿਹੜੇ VTA ਆ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਉਹਨਾਂ ਦੇ ਜਿਹੜੇ EMPLOYE ਆ ਉਹ ਹੁਣ ਬਾਹਰ ਆ ਰਹੇ ਉਹ ਕਹਿੰਦੇ ਆ ਕਿ ਜਿਹੜਾ ਉੱਥੇ ਵਰਕ ਕਲਚਰ ਆ ਉਹ ਬਹੁਤ ਖਤਰਨਾਕ ਹੈਗਾ ਆ ਵੀ ਕਈ ਲੋਕਾਂ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ ਕਈਆਂ ਨੂੰ ਜਿਹੜੇ ਥੋੜੇ 올ਡ ਦੇ ਆ ਉਹਨਾਂ ਦੇ ਨਾਲ ਵੀ ਜਿਹੜਾ ਬਿਹੇਵੀਅਰ ਵਧੀਆ ਨਹੀਂ ਕੀਤਾ ਜਾਂਦਾ ਤੇ ਇੰਟੀਮੀਡੇਸ਼ਨ ਕੀਤੀ ਜਾਂਦੀ ਆ ਇੱਕ ਤਰ੍ਹਾਂ ਨਾਲ ਡਰ ਵਾਲਾ ਮਾਹੌਲ ਆ ਹਰਾਸਮੈਂਟ ਮੈਨੇਜਮੈਂਟ ਬਹੁਤ ਕਰਦੀ ਆ ਟੈਮੀ ਤਨੋਤਾ ਇੱਕ ਰਿਪਰੈਜ਼ੈਂਟੇਟਿਵ ਹੈਗੀ ਆ S E I U 521 ਜਿਹੜੀ ਉਹਨਾਂ ਦੀ ਲੋਕਲ ਯੂਨੀਅਨ ਆ ਉਹਨਾਂ ਨੇ 30 ਦੇ ਕਰੀਬ ਜਿਹੜੇ ਆਈਟੀ ਦੇ ਵਰਕਰਸ ਹੈਗੇ ਉੱਥੇ ਕੰਮ ਕਰਦੇ ਉਹਨਾਂ ਵੱਲੋਂ ਪਟੀਸ਼ਨ ਸਾਈਨ ਕਰਕੇ ਜਿਹੜੀ ਮੈਨੇਜਮੈਂਟ ਨੂੰ ਦਿੱਤੀ ਆ ਵੀ ਕਿਸ ਤਰ੍ਹਾਂ ਜਿਹੜਾ ਆ VTA ਚ ਵਰਕ ਕਰਨ ਵਾਲਾ ਮਾਹੌਲ ਬਹੁਤ ਹੀ ਨਕੰਮਾ ਹੈਗਾ ਆ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਉਹਨਾਂ ਦੇ ਜਿਹੜੇ ਆ ਚੋਰੀ ਹੋ ਗਿਆ ਸੀ ਉਹਨਾਂ ਦਾ ਜਿਹੜਾ ਸਾਈਬਰ ਅਟੈਕ ਹੋ ਗਿਆ ਸੀ ਇਹਦੇ ਕਰਕੇ ਕਹਿੰਦੇ ਕਿੰਨੇ ਹਫ਼ਤੇ ਜਿਹੜਾ ਉਹਨਾਂ ਦਾ ਇੰਟਰਨੈਟ ਹੀ ਨਹੀਂ ਚੱਲਿਆ ਤੇ ਲੋਕ ਜਿਹੜੇ EMPLY ਕੰਮ ਕਰਦੇ ਸੀ ਉਹ ਆਪਣਾ ਹੌਟਸਪੌਟ ਯੂਜ਼ ਕਰਕੇ ਜਿਹੜਾ ਆ ਕੰਮ ਕਰਦੇ ਰਹੇ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਲੇਨਸ ਆ ਉਹ ਮੈਨੇਜਮੈਂਟ ਕੋ ਜਾਂਦੀਆਂ ਰਹੀਆਂ ਪਰ ਕਹਿੰਦੇ ਕਿਸੇ ਦੇ ਜੂ ਸਿਰਕਣ ਵਾਲਾ ਹੀ ਜਿਹੜਾ ਕੰਮ ਆ ਵੀ ਅਸਰ ਕੋਈ ਨਹੀਂ ਹੋਇਆ 76 ਕੰਪਲੇਨਸ ਕਹਿੰਦੇ ਵੀ ਸਨ 2020 ਦੇ ਵਿੱਚ ਆਫਿਸ ਆਫ ਸਿਵਲ ਰਾਈਟਸ ਵੱਲੋਂ ਫਾਈਲ ਕੀਤੀਆਂ ਗਈਆਂ ਸਿਰਫ 11 ਦੇ ਉੱਤੇ ਹੀ ਜਿਹੜਾ ਐਕਸ਼ਨ ਲਿਆ ਗਿਆ ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੇਅਰ ਇੰਪਲॉयਮੈਂਟ ਤੇ ਹਾਊਸਿੰਗ ਨੇ ਵੀ ਇਹ ਕਿਹਾ ਆ ਵੀ ਜਿਹੜਾ ਹਰਾਸ ਕਰਨਾ ਲੋਕਾਂ ਨੂੰ ਤੇ ਇਹ ਇਸ ਡਿਸਕ੍ਰਿਮੀਨੇਸ਼ਨ ਕਰਨੀ ਇਹ ਬਹੁਤ ਵੱਡਾ ਜਿਹੜਾ ਕ੍ਰਾਈਮ ਆ ਸੋ ਉਹ ਵੀ ਹੁਣ ਇਸ ਨੂੰ ਜਿਹੜਾ ਆ ਇਨਵੈਸਟੀਗੇਸ਼ਨ ਕਰਨ ਦੀ ਜਾ ਰਹੀ ਹੈਗੇ ਆ ਜੀ ਹਰਜੋਤ ਸਿੰਘ ਜੀ ਕੈਨੇਡਾ ਨੇ ਅਮਰੀਕਾ ਲਈ ਤਾਂ ਜਿਹੜੇ ਆ ਉਹ ਦਰਵਾਜ਼ੇ ਖੋਲ ਦਿੱਤੇ ਆ ਪਰ ਜਿਹੜੀਆਂ ਡਾਇਰੈਕਟ ਫਲਾਈਟਸ ਕੈਨੇਡਾ ਤੇ ਇੰਡੀਆ ਦੇ ਦਰਮਿਆਨ ਜਿਹੜੀਆਂ ਹੈਗੀਆਂ ਇੰਡੀਆ ਤੋਂ ਜਿਹੜੀਆਂ ਚੱਲਦੀਆਂ ਆ ਉਹਨਾਂ ਨੂੰ 21 ਸਤੰਬਰ ਤੱਕ ਫੇਰ ਜਿਹੜਾ ਉਹ ਰੋਕ ਉਸ ਦੀ ਵਧਾ ਦਿੱਤੀ ਹੈਗੀ ਆ ਸੋ ਇਹ ਕੈਨੇਡਾ ਨੂੰ ਆਉਣ ਵਾਲੇ ਜਿਹੜੇ ਭਾਰਤ ਤੋਂ ਸਿੱਧੀਆਂ ਉਡਾਨਾਂ ਆ ਉਸ ਦੇ ਉੱਤੇ ਪਾਬੰਦੀ ਜਿਹੜੀ ਪਹਿਲਾਂ 21 ਅਗਸਤ ਤੱਕ ਤਾਂ ਜਿਹੜੀ ਉਹ ਰੱਖੀ ਹੋਈ ਸੀਗੀ ਤੇ ਹੁਣ ਜਿਹੜੀ ਉਸ ਨੂੰ ਵਧਾ ਕੇ 21 ਸਤੰਬਰ ਤੱਕ ਉਹ ਕਰ ਦਿੱਤੀ ਗਈ ਹੈਗੀ ਆ ਸੋ ਇੱਕ ਪਾਸੇ ਅਮਰੀਕਾ ਵਾਲਿਆਂ ਨੂੰ ਜਿਹੜੇ ਫੁੱਲੀ ਵੈਕਸੀਨੇਟ ਨੇ ਤੇ ਜਿਹੜਾ ਆਪਣਾ ਨੈਗੇਟਿਵ ਰਿਪੋਰਟ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਿਹੜੀ ਉਹ ਚਾੜਨਗੇ ਉਹਨਾਂ ਦੇ ਲਈ ਇਹਨਾਂ ਨੇ ਓਪਨ ਆਪਣੇ ਬਾਰਡਰ ਐਕਸ ਹਿਸਾਬ ਦੇ ਨਾਲ ਖੋਲ ਦਿੱਤੇ ਆ ਹੁਣ ਬਹੁਤ سارے ਲੋਕ ਜਿਹੜੇ ਅਮਰੀਕਾ 'ਚ ਵੀ ਰਹਿ ਰਹੇ ਕੇ ਤੰਗ ਆਏ ਆ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਗਏ ਨੇ ਦੇ ਲਈ ਹੁਣ ਡੈਫੀਨੇਟਲੀ ਉਧਰਲੇ ਪਾਸੇ ਨੂੰ जानਗੇ ਉਹ ਬਿਲਕੁਲ ਕੈਨੇਡਾ ਤੋਂ ਰਿਪੋਰਟਸ ਇਦਾਂ ਦੀਆਂ ਆਈਆਂ ਵੀ ਦੇਖੋ ਜਿੱਥੇ 5 ਮਿਲੀਅਨ 50 ਲੱਖ ਲੋਕ ਕਰੋਨਾ ਵਾਇਰਸ ਨਾਲ ਮਾਰ ਗਏ ਇੱਥੇ ਤੇ ਜਿਹੜੇ ਮੇਜਰ ਆਊਟਲੈਟਸ ਹੈਗੇ ਆ ਐਨਪੀਆਰ ਨਿਊਯਾਰਕ ਟਾਈਮਜ਼ ਅਖਬਾਰਾਂ ਗਏ ਨੇ ਪਬਲਿਸ਼ ਕੀਤਾ ਤੇ ਉਹ ਹਜੇ ਕਹਿੰਦੇ ਵੀ ਸਾਡਾ 4 ਲੱਖ ਬੰਦਾ ਹੀ ਮਰਿਆ ਹੈ ਤੇ ਦੂਸਰੇ ਨੰਬਰ ਤੇ ਉੱਥੇ ਟੀਕੇ ਹੁਣ ਆਪਾਂ ਦੇਖੀ ਆ ਕਿਦਾਂ ਰਿਪੋਰਟਸ ਆਈਆਂ ਭਈ ਲੂਣ ਦੇ ਪਾਣੀ ਵਾਲੇ ਟੀਕੇ ਲਾ ਦਿੱਤੇ ਜਾਂ ਕਈ ਜਗ੍ਹਾ ਲੂਣ ਦਾ ਪਾਣੀ ਤਾਂ ਕੀ ਉਦਾਂ ਹੀ ਸੂਈ ਵਿੱਚ ਖੋਵ ਕੇ ਤੇ ਜੀ ਤੁਹਾਡੇ ਟੀਕਾ ਲੱਗ ਗਿਆ ਤੇ ਸੋ ਹੁਣ ਕਿਦਾਂ ਯਕੀਨ ਕੀਤਾ ਜਾਵੇ ਉੱਥੇ ਜਾ ਨਹੀਂ ਆ ਆਪਾਂ ਵੀ ਦੇਖਦੇ ਆ ਕਿ ਕਈ ਲੋਕ ਜਿਹੜੇ ਉੱਥੋਂ ਆਂਦੇ ਆ ਦੱਸਦੇ ਕਿ ਕਿਦਾਂ ਪੈਸੇ ਦੇ ਕੇ ਜਿਹੜਾ ਆ ਤੁਸੀਂ ਆਪਣਾ ਟੈਸਟ ਕਰਾ ਲਓ ਚਾਹੇ ਪੋਜ਼ਿਟਿਵ ਆ ਜਾਂ ਨੈਗੇਟਿਵ ਆ ਇੱਕ ਟਾਈਮ ਦੇ ਉੱਤੇ ਜਿਹੜੀ ਆ ਹਾਂਗਕਾਂਗ ਨੂੰ ਜਿਹੜੀ ਫਲਾਈਟ ਗਈ ਸੀ ਉਹਦੇ 56% ਉਹਦੇ ਜਿਹੜੇ ਪੈਸੇਂਜਰ ਸੀ ਉਹ ਪੋਜ਼ਿਟਿਵ ਸੀ ਉਹ ਸਾਰੇ ਨੈਗੇਟਿਵ ਟੈਸਟ ਲਾ ਕੇ ਚੜੇ ਹੋ ਸੀ ਉਹਨੇ ਪੂਰੀ ਦੀ ਪੂਰੀ ਫਲਾਈਟ ਜਿਹੜੀ ਉੱਥੋਂ ਰਿਟਰਨ ਕੀਤੀ ਸੀ ਹਮ ਜੀ ਸਵਾ ਆਪਣੇ ਪ੍ਰੋਗਰਾਮ ਦਾ ਸਮਾਪਤ ਅੱਜ ਜੇ ਮਾਰਕੀਟਸ ਦੇ ਬਾਰੇ ਸਟਾਕਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ ਡਾਉ ਜੋਨਸ ਅੱਜ 107. ਜਿਹੜਾ ਉਸ ਦੇ ਵਿੱਚ ਗ੍ਰਾਵਿਟੀ ਦਰਜ ਕੀਤੀ ਗਈ 35102 ਦੇ ਉੱਤੇ ਬੰਦ ਹੋਇਆ ਨੈਸਟੈਕ ਤੇ ਵਿੱਚ 24 ਪੁਆਇੰਟਾਂ ਦਾ ਵਾਧਾ ਦਰਜ ਹੋਇਆ 14860 ਦੇ ਉੱਤੇ ਬੰਦ ਹੋਇਆ ਐਸ ਐਨ ਪੀ ਦੇ ਵਿੱਚ 4 ਪੁਆਇੰਟ ਦੀ ਗ੍ਰਾਵਿਟਾਈ 4432 ਦੇ ਉੱਤੇ ਬੰਦ ਹੋਇਆ 10 ਇਅਰ ਯੀਲਡ ਦੇ ਵਿੱਚ ਵਾਧਾ ਹੋ ਕੇ 1.32% ਦੇ ਉੱਤੇ ਰਹੀ ਸੋਨੇ ਦਾ ਭਾਅ 1732 ਡਾਲਰ ਪ੍ਰਤੀ ਆਉਂਸ ਰਿਹਾ ਤੇ ਬਿਟਕੋਇਨ ਦੀ ਕੀਮਤ 45938 ਦੇ ਉੱਤੇ ਪਹੁੰਚੀ। ਜੀ 1 US ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 24 ਸੈਂਟ ਦੇ ਬਰਾਬਰ ਰਹੀ ਹੈ। 1 US ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 41 ਪੈਸੇ ਦੇ ਬਰਾਬਰ ਰਹੀ ਹੈ। ਜੀ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਅਗਲੀ ਵਾਰ ਤੱਕ ਲਈ ਮੈਨੂੰ ਰਾਜਕੰਬੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਗੀ ਜਹੀ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਸੁੰਦਰ ਰਿਓ ਪੰਜਾਬੀ ਰੇਡੀਓ ਯੂਐਸ।